ਉਸ਼ਾਰਪੁਰ ਨਗਰ ਨਿਗਮ ਦੀ ਮੀਟਿੰਗ ਅੱਜ ਕਾਫੀ ਹੰਗਾਮੇਦਾਰ ਮਾਹੌਲ ਦੇ ਵਿੱਚ ਖਤਮ ਹੋਈ ਹੈ ਸੋ ਮੇਰੇ ਨਾਲ ਇੱਥੇ ਗੱਲਬਾਤ ਕਰਨ ਲਈ ਕਾਂਗਰਸੀ ਕੌਂਸਲਰ ਮੌਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਇੱਕ ਫਲੋਰ ਟੈਸਟ ਨੇ ਵੱਲੋਂ ਦਿੱਤਾ ਗਿਆ ਆਲਟੀਮੇਟਮ ਦਿੱਤਾ ਗਿਆ ਆਮ ਆਦਮੀ ਪਾਰਟੀ ਨੂੰ ਤੇ ਨਿਗਮ ਦੇ ਅਧਿਕਾਰੀਆਂ ਨੂੰ ਸੋ ਪਵਿੱਤਰ ਜੀ ਕੀ ਫਲੋਰ ਟੈਸਟ ਜਿਹੜਾ ਪਾਸ ਕੀਤਾ ਗਿਆ ਕੀ ਪੂਰਾ ਉਹਦਾ ਮਤਲਬ ਹੈ ਤੇ ਕੀ ਤੁਹਾਡੇ ਵੱਲੋਂ ਪਾਸ ਕੀਤਾ ਗਿਆ ਜੀ ਫਲੋਰ ਟੈਸਟ ਦੇ ਲਈ ਸਾਡੇ ਸਮੂਹ ਕਾਂਗਰਸੀ ਔਰ ਭਾਜਪਾ ਦੇ ਕੁਝ ਕੁ ਮੈਂਬਰਾਂ ਦੇ ਨਾਲ ਅਸੀਂ ਜਿਹੜਾ ਆ ਇੱਕ ਮੈਮੈਂਡਮ ਦਿੱਤਾ ਡੀਸੀ ਮੈਡਮ ਨੂੰ ਜਿਨ੍ਹਾਂ ਕੋ ਚਾਰਜ ਫਲੋਰ ਟੈਸਟ ਜਿਹਨੂੰ ਕਾਰਪੋਰੇਸ਼ਨ ਨੇ ਫਾਰਮ ਹੋਈ ਸੀ ਸੰਨ 2021 ਦੇ ਵਿੱਚ ਅਸੀਂ ਸਾਡੇ ਸਮਰਥਨ ਦੇ ਨਾਲ ਕਾਂਗਰਸ ਪਾਰਟੀ ਦੇ ਸਮਰਥਨ ਦੇ ਨਾਲ ਸ਼ਿੰਦਾ ਜੀ ਨੂੰ ਮੇਅਰ ਔਰ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਦੀ ਚੋਣ ਕੀਤੀ ਗਈ ਸੀ ਜਿਹਦੇ ਸਬੰਧੀ ਹੁਣ ਇਹਨਾਂ ਨੇ ਪਾਰਟੀ ਬਦਲ ਲਈ ਸੀ ਸਾਲ ਡੇਢ ਸਾਲ ਪਹਿਲਾਂ ਉਹਦੇ ਰਿਲੇਟਿਡ ਜਿਹੜਾ ਹੁਣ ਅਸੀਂ ਮੋਮੈਂਟਮ ਦਿੱਤਾ ਹੈ ਮੈਡਮ ਨੂੰ ਅਸੀਂ ਆਪਣੀ ਸਪੋਰਟ ਵਿਧਰਾ ਕੀਤੀ ਹੈ ਵੀ ਆਪਣਾ ਬੋਮਰ ਸਿੱਧ ਕਰਨ ਵੀ ਜਿਹੜੇ ਹੀ ਹੈ ਇਹਨਾਂ ਦੇ ਕੋਲ ਪ੍ਰੋਪਰ ਮੈਂਬਰਸ ਨਹੀਂ ਹੈਗੇ ਔਰ ਆਪਣੀ ਬੋਮਰ ਸਿੱਧ ਕਰਕੇ ਤਾਂ ਫਲੋਰ ਆਪਣੇ ਹਾਊਸ ਨੂੰ ਦੱਸਣੇ ਸਮਾਗਨ ਦਿੱਤਾ ਗਿਆ ਤਾਂ ਜੇਕਰ ਆਪਾਂ ਭਾਜਪਾ ਕੌਂਸਲਰਾਂ ਦੀ ਗੱਲ ਕਰੀਏ ਉਹ ਵੀ 5 ਤੋਂ 6 ਕੌਂਸਲਰ ਨੇ ਭਾਜਪਾ ਦੇ ਭਾਜਪਾ ਦਾ ਸਮਰਥਨ ਹੈ ਤੁਹਾਨੂੰ ਭਾਜਪਾ ਦੇ ਕੁਝ ਮੈਂਬਰ ਦਾ ਸਮਰਥਨ ਹੈ ਔਰ ਵਿੱਚੋਂ ਇੱਕ ਦੋ ਮੈਂਬਰ ਅੱਜ ਛੁੱਟੀ ਦੇ ਸੀਗੇ ਸੋ ਉਹਨਾਂ ਨਾਲ ਵੀ ਫੋਨ ਤੇ ਵੀ ਗੱਲ ਹੋਈ ਹੈ ਤਾਂ ਉਹ ਸਾਨੂੰ ਇਸ ਜਿਹੜਾ ਮੈਟਰ ਆਪਾਂ ਲੈ ਜਾਂਦਾ ਉਹਦੇ ਹੱਕ ਦੇ ਵਿੱਚ ਨਹੀਂ ਉਹ ਹੀ ਸਾਹਿਬ ਦੁਬਾਰਾ ਸਪੈਸ਼ਲ ਇੱਕ ਜਿਹੜਾ ਸੈਸ਼ਨ ਛੱਡਿਆ ਜਾਵੇਗਾ ਜਿਹੜਾ ਤੁਹਾਡੇ ਵੱਲੋਂ ਫਰੋਨਟ ਟੈਸਟ ਪਾਸ ਕੀਤਾ ਗਿਆ ਕੀ ਕੋਈ ਸਾਹਮਣੇ ਆਉਣ ਵਾਲਾ ਕੀ ਲੱਗਦਾ ਤੁਹਾਨੂੰ ਚੇਤਨ ਜੀ ਇਸ ਤਰ੍ਹਾਂ ਹੈ ਵੀ ਜਿਹੜਾ ਅੱਜ ਫਲੋਰ ਟੈਸਟ ਲਈ ਆਪਾਂ ਕੇਆ ਰਿਕ ਵੀ ਇਹ ਨੋ ਕੰਫੀਡੈਂਸ ਮੋਸ਼ਨ ਨਹੀਂ ਹੈ ਇਹ ਸਿੰਪਲ ਫਲੋਰ ਟੈਸਟ ਹੈ ਕਿਉਂਕਿ ਜਿੱਦਾਂ ਪਿੱਛੇ ਮਹਾਰਾਸ਼ਟਰ ਗਵਰਨਮੈਂਟ ਦੇ ਵਿੱਚ ਹੋਇਆ ਉਹ ਤਾਂ ਠਾਕਰੇ ਦੀ ਜਿਹੜੀ ਸਰਕਾਰ ਹੈਗੀ ਆ ਉਹ ਇਸੇ ਇਸ਼ੂ ਦੇ ਕਰਕੇ ਔਰ ਇਸੇ ਇਨਾ ਕਾਰਨਾ ਕਰਕੇ ਹੀ ਇੱਕ ਨਾਸ਼ शिंदे ਨੂੰ ਬਣਾਇਆ ਗਿਆ ਕਿਉਂਕਿ ਸੇਮ ਪਾਰਟੀ ਦੇ ਸੀਗੇ ਤੇ ਉਹਨਾਂ ਨੇ ਆਪਣਾ ਪਹਿਲਾਂ ਸਪੋਰਟ ਵਿਧਰਾ ਕੀਤਾ ਜਿੱਦਾਂ ਕਿ ਪਵਿੱਤਰ ਉਹਨਾਂ ਨੇ ਦੱਸਿਆ ਵੀ 12 4 2021 ਨੂੰ ਸਾਡੀ ਕਾਰਪੋਰੇਸ਼ਨ ਫਾਰਮ ਹੋਈ ਸੀ ਉਸ ਟਾਈਮ ਅਸੀਂ ਸਾਰੇ ਸਮੂਹ ਕਾਂਗਰਸੀ ਕੌਂਸਲਰਾਂ ਨੇ ਇਹਨਾਂ ਨੂੰ ਸਮਰਥਨ ਦਿੱਤਾ ਸੀਗਾ ਪਰ ਪਿਛਲੇ ਟਾਈਮ ਤੋਂ ਇਹ ਪਾਸਾ ਪਲਟ ਕੇ ਦੂਸਰੀ ਪਾਰਟੀ ਚਲੇ ਗਏ ਇਸ ਕਰਕੇ ਜਿਹੜੀ ਨੋਟੀਫਿਕੇਸ਼ਨ ਵੀ ਸਾਡੀ ਹੋਈ ਦੀ ਹੈ ਉਹ ਅੱਜ ਦੀ ਡੇਟ ਦੇ ਵਿੱਚ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਮ ਤੇ ਹੈ ਇਹਨਾਂ ਦੀ ਰਿਕੋਗਨੀਸ਼ਨ ਵੀ ਇਹੀ ਹੈ ਕਿਉਂਕਿ ਇਹ ਹੁਣ ਪਾਰਟੀ ਛੱਡ ਗਏ ਨੇ ਇਸ ਕਰਕੇ ਇਹਨਾਂ ਦਾ ਸਾਡੀ ਪਾਰਟੀ ਨਾਲ ਕੋਈ ਲੈਣਦੇ ਨਹੀਂ ਆ ਇਸੇ ਕਰਕੇ ਆ ਸਮੂਹ ਕਾਂਗਰਸੀ ਕੌਂਸਲਰਾਂ ਨੇ ਸਾਡੇ 19 ਕੌਂਸਲਰ 17 ਸਾਡੇ ਮੌਜੂਦਾ ਕੌਂਸਲਰ ਨਾਲ ਮਾਸਟਰ ਜਸਵਿੰਦਰ ਹਣੀ ਤੇ ਵਿੱਕੀ ਗਿੱਲ ਜੀ ਇਹਨਾਂ ਨੇ ਵੀ ਸਾਨੂੰ ਸਪੋਰਟ ਕੀਤੀ ਹੈ ਜੇਕਰ ਜੇਕਰ ਆਮ ਆਦਮੀ ਪਾਰਟੀ ਆਪਣਾ ਬਹੁਮਤ ਨਹੀਂ ਸਿੱਧ ਕਰ ਸਕਦੀ ਤਾਂ ਕਿਹਾ ਜਾ ਸਕਦਾ ਹੈ ਕਿ ਜਿਹੜੀ ਮੇਅਰ ਦੀ ਕੁਰਸੀ ਹੈ ਉਹ ਉਹਨਾਂ ਦੇ ਹੱਥੋਂ ਖੋਸ ਜਾਵੇਗੀ ਬਿਲਕੁਲ 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 ਇਹਦੇ ਵਿੱਚ ਇਹਨਾਂ ਨੂੰ ਮੈਜੋਰਟੀ ਪ੍ਰੂਫ ਕਰਨੀ ਪਵੇਗੀ ਔਰ ਜੋ ਵੀ ਇਹਦੇ ਲਈ ਲੀਗਲ ਆਬਲੀਗੇਸ਼ਨਸ ਜਾਂ ਜੋ ਵੀ ਲੀਗਲ ਪ੍ਰੋਸੈਸ ਹੋਏਗਾ ਉਹਨੂੰ ਆਪਾਂ ਬਾਖੂਬੀ ਜਿਹੜਾ ਹੈਗਾ ਹਾਊਸ ਦੇ ਵਿੱਚ ਲਿਆਵਾਂਗੇ ਸਮਾਂ ਕਿਹਨਾ ਦਿੱਤਾ ਗਿਆ ਜੀ ਅਸੀਂ ਅੱਜ ਮੈਡਮ ਨੂੰ ਰਿਕੁਐਸਟ ਦਿੰਦੀ ਹੈ ਰਿਕੁਐਸਟ ਲੈਟਰ ਦਿੰਦਾ ਹੈ ਸਾਨੂੰ ਹੁਣ ਮੈਡਮ ਦੱਸ ਕੇ ਟਾਈਮ ਦੇਣਗੇ ਜੇ ਨਹੀਂ ਦੇਣਗੇ ਟਾਈਮ ਤੱਕ ਦੁਬਾਰਾ ਆਪਾਂ ਸਾਰੇ ਕਾਂਗਰਸੀ ਕੌਂਸਲਰ ਦੁਬਾਰਾ ਕਾਰਪੋਰੇਸ਼ਨ ਜਆ ਕਮਿਸ਼ਨਰ ਮੈਮ ਨੂੰ ਮਿਲਾਂਗੇ ਜਾ ਕੇ ਔਰ ਇਹਨਾਂ ਕੋਲ ਟਾਈਮ ਲੈ ਮੰਗੇ ਦੇਖ ਰਹਾ ਆਪਾ ਤੁਹਾਡੀ ਕਾਂਗਰਸੀਆਂ ਦੀ ਗੱਲ ਕਰੀਏ ਤੁਹਾਡੇ 17 ਕੌਂਸਲਰ ਨੇ ਪੰਜ ਤੋਂ 6 ਕੌਂਸਲਰ ਜਿਹੜੇ ਉਪਾਸ਼ਪਾਤੇ ਨੇ ਬਾਕੀ ਆ ਜਿਹੜੇ ਉਹ ਭਾਏ ਭਾਰਤੀ ਜਨਤਾ ਪਾਰਟੀ ਦੇ ਪਰ ਫੇਰ ਵੀ ਉਹ ਆਪਸੀ ਬਹੁਮਤ ਦੇ ਨਾਲ ਹੀ ਆਪਸੀ ਤੁਹਾਨੂੰ ਸਹਿਮਤੀ ਦੇ ਨਾਲ ਹੀ ਚੋਣਾ ਪਵੇਗਾ ਕੋਈ ਨਾ ਕੋਈ ਮੇਅਰ ਫਿਰ ਤੋਂ ਜੀ ਇਹ ਤਾਂ ਲੱਗਦਾ ਕਿ ਫਲੋਰ ਟੈਸਟ ਦਾ ਕੋਈ ਸਿੱਟਾ ਜਿਹੜਾ ਨਿਕਲ ਕੇ ਸਾਹਮਣੇ ਆਏਗਾ ਬਿਲਕੁਲ ਨਿਕਲੇਗਾ ਜੀ ਬਿਲਕੁਲ ਤੇ ਸ਼ਹਿਰ ਨੂੰ ਇੱਕ ਬਹੁਤ ਵਧੀਆ ਮੇਅਰ ਮਿਲੇਗਾ ਬਹੁਤ ਜਲਦ ਇਹ ਵੀ ਮੇਅਰ ਤੁਸੀਂ ਬਣਾਇਆ ਹੋਇਆ ਜੀ ਪਹਿਲਾਂ ਵੀ ਚਲੋ ਕਹ ਲੋ ਵੀ ਸਾਡਾ ਇੱਕ ਆਪਸੀ ਭਾਈਚਾਰਾ ਸੀਗਾ ਪਰ ਮੇਅਰ ਸਾਹਿਬ ਉਸ ਭਾਈਚਾਰੇ ਨੂੰ ਭੁੱਲ ਗਏ ਨੇ ਔਖਾ ਦੇਗਾ ਹਾਂ ਠੀਕ ਆ ਹਾਂਜੀ ਮੈਡਮ ਕਿੰਨੇ ਕ ਅੱਜ ਦੇ ਮੰਤਰੀ ਸਾਹਿਬ ਵੀ ਮੀਟਿੰਗ ਦੇ ਵਿੱਚ ਮੌਜੂਦ ਸਨ ਤੁਸੀਂ ਵਿਕਾਸ ਕੰਮ ਨੂੰ ਲੈ ਕੇ ਬਹੁਤ ਦੁਹਾਈਆਂ ਦਿੰਦੇ ਹੋ ਕਿ ਮੇਰੇ ਇਵਾਰਡ ਦੇ ਵਿੱਚ ਆਹ ਕੰਮ ਹੈ ਜਿਹੜੇ ਨਹੀਂ ਹੋ ਰਹੇ ਨੇ ਸੋ ਅੱਜ ਮੰਤਰੀ ਨੂੰ ਦੱਸਿਆ ਉਸਨ ਮਸੇਆਵਾਂ ਤੇ ਕੀ ਮੰਤਰੀ ਨੇ ਪ੍ਰੋਸਾ ਦਿੱਤਾ ਜੀ ਸਰ ਪ੍ਰੋਸਾ ਤੇ ਉਹ ਹਮੇਸ਼ਾ ਹੀ ਦਿੰਦੇ ਆ ਰਹੇ ਮੈਂ ਤੇ ਇਹ ਦੱਸਣਾ ਚਾਹਾਂਗੀ ਕਿ ਜਦੋਂ ਜਨਤਾ ਦਰਬਾਰ ਲੱਗਿਆ ਤੇ ਵੱਡਾ ਵੱਡਾ ਸਵਾਲ ਹੈ ਸਭ ਤੋਂ ਪਹਿਲਾਂ ਕਿ ਹਰ ਇੱਕ ਕਾਂਗਰਸੀ ਕਾਉਂਸਲਰ ਵੱਲੋਂ ਦੋਸ਼ ਲਾਇਆ ਜਾਂਦਾ ਕਿ ਮੰਤਰੀ ਸਾਹਿਬ ਜਿਹੜੀ ਭੇਤ ਭਾਬ ਦੀ ਰਾਜਨੀਤੀ ਕਰਦੇ ਆ ਬਿਲਕੁਲ ਕਰ ਰਿਹਾ ਸਰ ਮੈਂ ਦੱਸ ਰਹੀ ਹਾਂ ਤੁਹਾਨੂੰ ਮੈਂ ਵੀ ਪ੍ਰ ਸਰਕਾਰ ਜਾਂਦੇ ਜਾਂਦੇ ਫੰਡ ਦੇਗੀ 20 ਲੱਖ ਦਾ ਕੋਕਲਾ ਬਿਹਾਰ ਉੱਥੇ ਮਹਲਾ ਮੰਤਰੀ ਸਾਹਿਬ ਉਦਘਾਟਨ ਕਰਕੇ ਗਏ ਚਲੋ ਸਰਕਾਰ ਚਲੀ ਗਈ ਕੰਮ ਨਹੀਂ ਸਟਾਰਟ ਹੋ ਸਕਿਆ ਲੇਕਿਨ ਹੁਣ ਫੇਰ 3 ਮਹੀਨੇ ਹੋ ਗਿਆ ਮੰਤਰੀ ਜੀ ਨੇ ਦੁਬਾਰਾ ਮੈਂ ਉਹਨਾਂ ਨੂੰ ਉੱਥੇ ਮੌਕੇ ਤੇ ਕਿਹਾ ਸੀਗਾ ਮੰਤਰੀ ਸਾਹਿਬ ਤੁਸੀਂ ਦੁਬਾਰਾ ਮੇਰੇ ਵਾਰਡ ਦਾ ਇੱਥੇ ਉਦਘਾਟਨ ਹੋ ਚੁੱਕਾ ਤੁਸੀਂ ਦੁਬਾਰਾ ਕਰਨ ਆਏ ਹੋ ਪਰ ਐਵੇਂ ਨਾ ਕਰਿਓ ਕਿ ਉਦਘਾਟਨ ਹੀ ਰਹਿ ਜੇ ਉਹੀ ਗੱਲ ਹੋਈ ਉਦਘਾਟਨ ਹੀ ਰਹਿ ਗਿਆ 3 ਮਹੀਨੇ ਹੋ ਗਏ ਤੁਸੀਂ ਦੇਖਿਆ ਬਰਸਾਤਾ ਕਿੰਨੀ ਆਈਆਂ ਠੇਕੇਦਾਰਾ ਅਸੀਂ ਫੇਰ ਪ੍ਰੋਟੈਸਟ ਕੀਤਾ ਲੋਕਾਂ ਨੇ ਕਿਹਾ ਕਿਉਂਕਿ ਇੱਕ ਐਮਸੀ ਨੂੰ ਆਪਣੇ ਵਾਰਡ ਜਦੋਂ ਹੀ ਉਹ ਉਹਨੂੰ ਬੁਲਾਣਗੇ ਇੱਕ ਐਮਸੀ ਮਤਲਬ ਐਦਾਂ ਦਾ ਉਹਦਾ ਹੈ ਕਿ ਉਹਨੂੰ ਜਾਣੇ ਪੰਦਾ ਵਿਚਾਰੇ ਨੂੰ ਉਹਨ ਹਰ ਪਾਸੋਂ ਐਮਸੀ ਨੂੰ ਹੀ ਮਾਰ ਪੈਂਦੀ ਹੈ ਕਿਉਂਕਿ ਕਿਹੜਾ ਐਮਸੀ ਜਿਹੜਾ ਕਹੇਗਾ ਕਿ ਮੈਂ ਆਪਣੇ ਵਾਰਡ ਦਾ ਕੰਮ ਨਹੀਂ ਕਰਾਂਗਾ ਐਮਸੀ ਆਪਣੀ ਮਤਲਬ ਕਿ ਬੁਡਵਿਲ ਵਾਸਤੇ ਕੰਮ ਕਰਦਾ ਆਪਣੇ ਵਾਰਡ ਵਾਸਤੇ ਕਿਉਂਕਿ ਨੈਕਸਟ ਟਾਈਮ ਉਹਨ ਫੇਰ ਅੱਛਾ ਕੰਮ ਕਰੇਗਾ ਤੇ ਲੋਕ ਉਹਨੂੰ ਅਪਰੋਚ ਕਰਨਗੇ ਲੋਕਾਂ ਵਿੱਚ ਰੋਸ ਵੀ ਬਹੁਤ ਹੈ ਮੈਡਮ ਆਪਾਂ ਤੁਹਾਡੀ ਗੱਲ ਹੀ ਗੱਲ ਨਹੀਂ ਕਰਾਂਗੇ ਜਿਨੇ ਵੀ ਇੱਥੇ ਕਾਉਂਸਲਰ ਖੜੇ ਨੇ ਕਿ ਕੰਮ ਨਹੀਂ ਹੋ ਰਿਹਾ ਅੱਗੇ ਤੁਸੀਂ ਮੰਤਰੀ ਤੇ ਗੱਲ ਛੱਡ ਦਿੰਦੇ ਹੋ ਨਗਰ ਨਿਗਮ ਤੇ ਮੇਅਰ ਤੇ ਜਿੱਥੇ ਐਮਸੀ ਦੀ ਜ਼ਰੂਰਤ ਹੁੰਦੀ ਹੈ ਕੋਈ ਕਹਿ ਦੇਵੇ ਕਿ ਐਮਸੀ ਸਟੈਂਪ ਨਹੀਂ ਲਗਾਉਂਦਾ ਐਮਸੀ ਦਾ ਕੰਮ ਜੋ ਐਮਸੀ ਦੇ ਹੱਥ ਵਿੱਚ ਹੈਗਾ ਆ ਉਹ ਐਮਸੀ ਕਰਦਾ ਹੈਗਾ ਲੇਕਿਨ ਜੋ ਫੰਡ ਦੇ ਨਾਲ ਕੰਮ ਹੋਣਾ ਹੈ ਉਹ ਤੇ ਪੈਸੇ ਨਾਲ ਹੀ ਹੋਣਾ ਹੈ ਪੈਸੇ ਤੋਂ ਬਿਨਾ ਕੰਮ ਕਿਹੜਾ ਹੋ ਜਾਏਗਾ ਸਮਝੋ ਤੁਸੀਂ ਦੇਖੋ ਕਿੰਨੀਆਂ ਬਰਸਾਤਾਂ ਹੋਈਆਂ ਸਾਰੀਆਂ ਸੜਕਾਂ ਜਿਹੜੀਆਂ ਚਲੀਆਂ ਗਈਆਂ ਮੇਰਾ ਤੇ ਵੈਸੇ ਕੱਚਾ ਵਾਰਡ ਆਊਟਰ ਏਰੀਆ ਜਿਹੜਾ ਵੀ ਜਿੰਨਾ ਵੀ ਹੈਗਾ ਮੰਤਰੀ ਨੂੰ ਨਹੀਂ ਪਤਾ ਆਊਟਰ ਏਰੀਆ ਦਾ ਕਿੰਨਾ ਬੁਰਾ ਹਾਲ ਹੈਗਾ ਆ ਹੁਣ ਸਟਾਰਟ ਦੇਖ ਲਓ ਤੁਸੀਂ ਜਾ ਕੇ ਰੀਸੈਂਟਲੀ ਕਿੰਨਾ ਪ੍ਰੋਟੈਸਟ ਕਰਨ ਤੋਂ ਬਾਅਦ ਜਿਹੜੀ ਹੈ ਚਿੰਦਪੁਰਨੀ ਰੋਡ ਬਣੀ ਹੈ ਹਾਊਸ ਵਿੱਚ ਧੰਨਵਾਦ ਕੀਤਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਰਕਾਰ ਅੱਛਾ ਕੰਮ ਕਰੇ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਔਰ ਮੈਂ ਉਹਨਾਂ ਦਾ ਧੰਨਵਾਦ ਕੀਤਾ ਕਿ ਕਿਉਂਕਿ ਇਸ ਕਰਕੇ ਧੰਨਵਾਦ ਕੀਤਾ ਮੇਰਾ ਆਫਿਸ ਉੱਥੇ ਹੈਗਾ ਹੈ ਜਿੰਨੇ ਵੀ ਐਕਸੀਡੈਂਟ ਹੁੰਦੇ ਸੀਗੇ ਮੇਰਾ ਵਾਰਡ ਉਹੀ ਪੈਂਦਾ ਹੈਗਾ ਜਿੰਨੀ ਸੜਕ ਟੁੱਟੀ ਦੀ ਸੀਗੀ ਉਹ ਮੇਰੇ ਸਭ ਤੋਂ ਜ਼ਿਆਦਾ ਉਹੀ ਉੱਥੇ ਉੱਥੇ ਐਮਸੀ ਕੋਲ ਆਂਦੇ ਸੀਗੇ ਔਰ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸੜਕ ਬਣਾਈ ਤੀ ਦੂਸਰਾ ਮੇਰੀ ਇੱਕ ਗਲੀ ਜਿਹੜੀ ਹੈ ਗਿਆ 1600 ਸਕਰ ਫੁੱਟੇਜ ਜਿਹੜੀ ਕਹਿੰਦੇ ਸੀ ਰਿਪੇਅਰ ਦੇ ਕੰਮ ਵਿੱਚ ਪਾ ਦਿਓ ਜਿਹੜਾ ਤੁਹਾਨੂੰ ਵੀ ਕਹਿੰਦੇ ਲੋਕੀ ਐਮਸੀ ਨੇ ਪਟਾ ਦਿੱਤੀ ਕਿਹੜਾ ਐਮਸੀ ਜਿਹੜਾ ਸੜਕ ਪਟਾ ਕੇ ਨਹੀਂ ਕਰਵਾਊਗਾ ਠੇਕੇਦਾਰ ਦਾ ਮਟੀਰੀਅਲ ਇਹਨਾਂ ਨੂੰ ਉੱਥੋਂ ਚੱਕਵਾਤਾ ਕਿ ਇਹ ਸੜਕ ਇੱਥੇ ਨਹੀਂ ਬਣਾਨੀ ਤੁਸੀਂ ਕਹਿੰਦੇ ਭੇਦਭਾਵ ਨਹੀਂ ਹੋ ਰਿਹਾ ਕਿ ਆ ਇੱਕ 1600 ਸਕਰ ਫੁੱਟੇ ਮਨਾ ਸਕਦੇ ਸੀਗੇ ਓ ਕਹਿੰਦੇ ਕਿ ਟਾਇਲ ਉਹ ਜਦੋਂ ਮੈਨੂਅਲ ਕੰਮ ਹੋਣਾ ਤੇ ਉੱਥੇ ਤੁਸੀਂ ਟਾਇਲਾਂ ਲਾ ਦਿਓ ਸੀਸੀ ਕਰ ਦਿਓ ਜੋ ਮਰਜੀ ਲੁੱਕ ਦਾ ਕੰਮ ਤੇ ਉੱਥੇ ਹੋਣਾ ਨਹੀਂ ਹੈਗਾ ਕਿਉਂਕਿ ਮਸ਼ੀਨਰੀ ਨਹੀਂ ਉੱਥੇ ਜਾਣੀ ਆ ਮੈਂ ਐਪਲੀਕੇਸ਼ਨ ਆ ਮੈਂ ਇਹ ਐਪਲੀਕੇਸ਼ਨਾਂ ਪਤਾ ਨਹੀਂ ਇਹਨਾਂ ਨੂੰ ਕੋਈ 10 ਵਾਰ ਦੇ ਚੁੱਕੀਆਂ ਲੇਕਿਨ ਇਹਨਾਂ ਦੇ ਕੰਮ ਤੇ ਜੂ ਤੱਕ ਨਹੀਂ ਰਿੰਗਦੀ ਹੈਗੀ ਤੁਸੀਂ ਇਹ ਦੂਸਰੀ ਐਪਲੀਕੇਸ਼ਨ ਹੈ ਕਿ ਬਰਸਾਤਾਂ ਦੇ ਕਾਰਨ ਜਿਹੜੀਆਂ ਸੜਕਾਂ ਸਾਰੀਆਂ ਰੁੜ ਗਈਆਂ ਹੈਗੀਆਂ ਚਾਹੋ ਮੰਨਦਿਆਂ ਕਿ ਉਹ ਬਰਸਾਤੀ ਮਾਰ ਹੈਗੀ ਹੈ ਲੇਕਿਨ ਜਿਹੜੀ ਸੜਕ ਪੱਟ ਦਿੱਤੀ ਗਈ ਹੈਗੀ ਹੈ ਕਿਉਂ ਉਹ ਬਣਾਉਣਾ ਨਗਰ ਨਿਗਮ ਦਾ ਕੰਮ ਨਹੀਂ ਕਿਉਂ ਲੋਕ ਇਹਨਾਂ ਨੂੰ ਟੈਕਸ ਨਹੀਂ ਭੇ ਕਰਦੇ ਹੈਗੇ ਕਿ ਮੇਰੇ ਦੁਆਰਾ ਇਸ ਤੋਂ ਤੁਸੀਂ ਪਹਿਲਾਂ ਕਿ ਪਹਿਲਾਂ ਵੀ 10 ਵਾਰੀ ਮંત્રી ਦੇ ਧਿਆਨ ਦੇ ਵਿੱਚ ਲਿਆ ਆ ਚੁੱਕੇ ਹਾਂ ਜਦ ਦੁਬਾਰਾ ਵੀ ਧਿਆਨ ਚ ਲਿਆਂਦਾ ਮੈਂ ਮੈਂ ਜਨਤਾ ਦਰਵਾਜ਼ੇ ਵਿੱਚ ਧਿਆਨ ਵਿੱਚ ਲਿਆਂਦਾ ਮੈਂ ਇੱਥੇ ਜੋ ਜਨਤਾ ਦਰਵਾਜ਼ਾ ਹੈ ਨਾ ਮੈਂ ਉੱਥੇ ਵੀ ਇਹ ਗੱਲ ਚੱਕੀ ਸੀਗੀ ਸਰ ਔਰ ਇਹਨਾਂ ਨੇ ਭਰੋਸਾ ਦਵਾਇਆ ਜਾਂ ਜਾਨ ਮਾਲ ਦਾ ਨੁਕਸਾਨ ਹੋ ਗਿਆ ਮੈਂ ਤੁਹਾਡੇ ਚੈਨਲ ਦੇ ਥਰੂ ਕਹਿ ਰਹੀ ਆ ਕਿ ਆ ਫੇਰ ਹੀ ਕੰਮ ਕਰਨਗੇ ਸੰਘਰਸ਼ ਦਾ ਰਸਤਾ ਕਿਉਂ ਨਹੀਂ ਅਖਤਿਆਰ ਕਰਦੇ ਕਿਉਂਕਿ ਤੁਹਾਨੂੰ ਲੱਗਦਾ ਕਿ ਚਿੱਠੀਆਂ ਦੇ ਨਾਲ ਲਾਸਟ ਹੈ ਲਾਸਟ ਹੈ ਕਿਉਂ ਇਹ ਕਹਿਨ ਨਾ ਕਿ ਸਾਡੇ ਧਿਆਨ ਵਿੱਚ ਨਹੀਂ ਲਿਆਇਆ ਮੈਂ ਹਾਊਸ ਵਿੱਚ ਵੀ ਕਿਹਾ ਮੈਂ ਜਨਤਾ ਦਰਬਾਰ ਦੇ ਵਿੱਚ ਵੀ ਕਿਹਾ ਮੈਂ ਫੇਸਬੁਕ ਤੇ ਵੀ ਕਿਹਾ ਮੈਂ ਲੋਕਾਂ ਦੇ ਸਾਹਮਣੇ ਰੂਬਰੂ ਆ ਕੇ ਵੀ ਕਿਹਾ ਤੁਹਾਡੇ ਚੈਨਲ ਦੇ ਥਰੂ ਵੀ ਕਿਹਾ ਲਾਸਟ ਵਿੱਚ ਸਾਡੇ ਕੋਲ ਹਥਿਆਰ ਕੀ ਰਹਿ ਗਿਆ ਪ੍ਰੋਟੈਸਟ ਦਾ ਕਿਉਂਕਿ ਇਹ ਇਹ ਕਹਿਨ ਨਾ ਕਿ ਮੈਡਮ ਨੇ ਪ੍ਰੋਟੈਸਟ ਦਾ ਜਾਂ ਰਸਤਾ ਹੈਗਾ ਪਹਿਲੇ ਬਣਾ ਲਿਆ ਹੁਣ ਸਾਡੇ ਕੋਲ ਕੀ ਮੰਨ ਲਓ ਜੇ ਹੋ ਸਕਦਾ ਤੁਹਾਡੀ ਵੀ ਚਲੋ ਵਿੱਚ ਸਹਿਮਤੀ ਹੋਏਗੀ ਤਾਂ ਮੇਰੋਂ ਕਰੂਗਾ ਫੇ ਪ੍ਰੋਪਰ ਵੀ ਨਾ ਮੰਤਰੀ ਦੇ ਪ੍ਰਭਾਵ ਤੋਂ ਵੀ ਨਾ ਕੰਮ ਬਿਲਕੁਲ ਬਿਲਕੁਲ ਕੰਮ ਕਰਨਗੇ ਨਹੀਂ ਕਰਨਗੇ ਤੇ ਉਹਨਾਂ ਦਾ ਵੀ ਇਹੀ ਹਾਲ ਹੋਏਗਾ ਸਰ ਜੇ ਉਹ ਆਪਣੇ ਅਹੁਦੇ ਨਾਲ ਐਵੇਂ ਹੀ ਖੇਡਵਾੜ ਕਰਨਗੇ ਉਹਨਾਂ ਦਾ ਵੀ ਇਹੀ ਹਾਲ ਕਰਾਂਗੇ ਕਿਸ ਤਰ੍ਹਾਂ ਦਾ ਬਦਲਾਅ ਆਪ ਦੇਖਦੇ ਹੋ ਜੀ ਤੁਹਾਡਾ ਪਵਿੱਤਰ ਦਾ 24 ਨੰਬਰ ਵਾਰਡ ਹੈ ਤੁਹਾਡਾ ਸ਼ਾਇਦ 25 ਨੰਬਰ ਵਾਰਡ ਹੈ ਤੁਹਾਡੀਆਂ ਸੜਕਾਂ ਮੈਂ ਦੇਖਦਾ ਮੈਨੂੰ ਵੀ ਬਹੁਤ ਸਾਰੇ ਫੋਨ ਕਾਲ ਜਾਂਦੀ ਹੈ ਪਸ ਅਸੀਂ ਐਮਸੀ ਕੰਮ ਵੀ ਨਹੀਂ ਕਰਦੇ ਯਾਰ ਅਸੀਂ ਡਿੱਗਦੇ ਹਾਂ ਗਲੀਆਂ ਦੇ ਵਿੱਚ ਕਿੰਨਾ ਕੁ ਬਦਲਾਅ ਆਪ ਦੇਖਦੇ ਹੋ ਉਮੀਦ ਸੀ ਇੱਕ ਦੇਖੋ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਇੱਕ ਮੌਕਾ ਦਿਓ ਇੱਕ ਮੌਕੇ ਦੀ ਨੀਤੀ ਅਪਣਾ ਕੇ ਲੋਕਾਂ ਨੂੰ ਪਰਮਾ ਕੇ ਆਪਣੇ ਆਪ ਨੂੰ ਸਰਕਾਰ ਦੇ ਵਿੱਚ ਲਿਆ ਕੇ ਲੋਕਾਂ ਨੂੰ ਜੋ ਇੱਕ ਸਬਜ ਬਾਗ ਦਿਖਾਏ ਸੀ ਉਹ ਬਿਲਕੁਲ ਸਰਾ ਸਰ ਝੂਠੇ ਤੁਸੀਂ ਦੇਖ ਸਕਦੇ ਆ ਜਿੰਨੇ ਵੀ ਵਾਅਦੇ ਕੀਤੇ ਨੇ ਚਾਹੇ ਉਹ ਔਰਤਾਂ ਦੇ ਪ੍ਰਤੀ ਉਹਨਾਂ ਨੇ 1000 ਰੁਪਈਆ ਦੇ ਪ੍ਰਤੀਬਾਦਾ ਸੀਗਾ ਅਸੀਂ ਇੱਥੇ ਦੀ ਗੱਲ ਕਰੀਏ ਜੀ ਬਾੜ ਨਹੀਂ ਸਰ ਮੈਂ ਦੱਸਣਾ ਚਾਹੁੰਦੀ ਆ ਕਿਉਂਕਿ ਆਪ ਤੁਸੀਂ ਜਦੋਂ ਸਰਕਾਰ ਦੀ ਗੱਲ ਕੀਤੀ ਨਾ ਸਰਕਾਰ ਦੀ ਗੱਲਾਂ ਦੇ ਵਿੱਚ ਇਹ ਵੀ ਆਉਂਦਾ ਕਿ ਉਹਨਾਂ ਨੂੰ ਜਿਹੜੇ ਦਿਖਾਏ ਗਏ ਨਾ ਸਬਜ ਬਾਗ ਉਹ ਵੀ ਗਲਤ ਨਹੀਂ ਸੀ ਹੁਣ ਜਦੋਂ ਮੈਂ ਆਪਣੇ ਬਾੜ ਦੀ ਗੱਲ ਕਰਾਂ ਤੇ ਪਹਿਲੀ ਗੱਲ ਤਾਂ ਜਦੋਂ ਉਹਨਾਂ ਨੂੰ ਫੋ ਮੇਰ ਸਾਭ ਨੂੰ ਵੀ ਜਾਂ ਹੋਰ ਵੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈਗੇ ਆ ਤਾਂ ਕਾਲ ਤੱਕ ਅਟੈਂਡ ਨਹੀਂ ਕੀਤੀ ਜਾਂਦੀ ਇਹ ਸਭ ਤੋਂ ਵੱਡਾ ਜਿਹੜਾ ਹੈਗਾ ਆ ਦੇਖੋ ਸਾਨੂੰ ਕੋ ਪ੍ਰੋਬਲਮ ਕਹਿੰਦੇ ਅਸੀਂ ਇੱਕ ਰ버ਟ ਸਟੈਂਪ ਦੀ ਤਰ੍ਹਾਂ ਬਣ ਕੇ ਰਹਿ ਗਏ ਆ ਕਿ ਅਸੀਂ ਜੋ ਵੀ ਕੰਮ ਕਰਨਾ ਹੁੰਦਾ ਕਾਰਪੋਰੇਸ਼ਨ ਦੇ ਵਿੱਚ ਅਧਿਕਾਰੀਆਂ ਨੂੰ ਤੇ ਜਾਂ ਅਸੀਂ ਮੇਰ ਸਾਭ ਨੂੰ ਕਹਿਣਾ ਹੁੰਦਾ ਆ ਤੇ ਜਿਹੜਾ ਦੁਕਾਨ ਤਾ ਇਹ ਕਹਦਾ ਤੁਹਾਨੂੰ ਨਹੀਂ ਹੰਡਾਣਾ ਪੈ ਰਿਹਾ ਆਮ ਲੋਕਾਂ ਨੂੰ ਵੀ ਨਾ ਲੰਡਾਣਾ ਪੈ ਰਿਹਾ ਜੀ ਦੇਖੋ ਆਮ ਜਨਤਾ ਦੇ ਇੱਕ ਰਹਿਨੁਮਾਈ ਅਸੀਂ ਕਰ ਰਹੇ ਆ ਉਹਨਾਂ ਨੇ ਸਾਨੂੰ ਐਮਸੀ ਬਣਾਇਆ ਤੇ ਉਹ ਸਟਾਉਂਦੇ ਸਾਡੇ ਕੋਲੋਂ ਐਸੀਆਂ ਸ਼ਾਮਾਂ ਰੱਖਦੇ ਨੇ ਕਿ ਜਿਹੜਾ ਅਸੀਂ ਕੰਮ ਹੈ ਉਹਨਾਂ ਨੂੰ ਨਹੀਂ ਸਾਨੂੰ ਕਹਿਣਾ ਤੇ ਅਸੀਂ ਇਹਨਾਂ ਨੂੰ ਕਹਿ ਕੇ ਕੰਮ ਕਰਾਉਣਾ ਲੇਕਿਨ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਲੇਕਿਨ ਜੋ ਸਬਜ਼ ਬਾਗ ਦਿਖਾਏ ਗਏ ਨੇ ਉਹ ਬਿਲਕੁਲ ਝੂਠ ਨੇ ਅੱਜ ਤੁਸੀਂ ਵਾਰਡ ਦੇ ਵਿੱਚ ਜਾ ਕੇ ਦੇਖ ਲਓ ਇੱਕ ਲਾਈਟਸ ਤੱਕ ਅਗਰ ਲਾਈਟਸ ਦੀ ਗੱਲ ਕਰੀਏ ਤੇ ਜੋੜੀਆਂ ਬਲਾਸਟ ਲਾਈਟਾਂ ਨੇ ਉਹ ਵੀ ਠੀਕ ਨਹੀਂ ਹੋਈਆਂ ਰਸਤੇ ਜਿਹੜੇ ਆ ਬਿਲਕੁਲ ਖਰਾਬ ਹੋਏ ਪਏ ਨੇ ਅਗਰ ਇਹਨਾਂ ਨੂੰ ਗੱਲ ਕਹੀਏ ਕੋਈ ਗੱਲ ਨਹੀਂ ਫੰਡ ਅੱਜ ਤੱਕ ਕੋਈ ਵੀ ਫੰਡ ਇਸ ਨਵੀਂ ਪਾਰਟੀ ਦਾ ਜਿਹੜਾ ਹੈਗਾ ਉਹ ਸਾਡੇ ਨਹੀਂ ਲੱਗਾ ਜਿੰਨਾ ਵੀ ਫੰਡ ਸਾਡੀ ਕਾਂਗਰਸ ਪਾਰਟੀ ਵੱਲੋਂ ਜੋ ਸੁੰਦਰ ਸ਼ਾਮ अरोड़ा ਜੀ ਵੱਲੋਂ ਦਿੱਤਾ ਗਿਆ ਸੀਗਾ ਉਹੀ ਕੰਮ ਥੋੜੇ ਹੋਏ ਨੇ ਪਰ ਅਜੇ ਵੀ ਅਧੂਰੇ ਕੰਮਾਂ ਜਿਨ੍ਹਾਂ ਨੂੰ ਇਹ ਜਾਣਬੁੱਝ ਕੇ ਡਿਲੇ ਕਰਕੇ ਜਿਹੜਾ ਹੈਗਾ ਆ ਉਹ ਸਾਨੂੰ ਜਾਣ ਕੇ ਪਰੇਸ਼ਾਨ ਕਰ ਰਹੇ ਨੇ ਮੇਰਾ ਸਾਹਿਬ ਮੁਬਾਰਕਾ ਤੁਹਾਨੂੰ ਟਿਊਬਲ ਦਾ ਕੰਮ ਸ਼ੁਰੂ ਹੋ ਗਿਆ ਜੀ ਕਹਿੰਦੇ ਵਾੜ ਚ ਟਿਊਬਲ ਦਾ ਜ ਦੂਸਰੀ ਗੱਲ ਇਹ ਬੜਾ ਸੰਘਰਸ਼ ਕੀਤਾ ਐ ਸਟੂਵਲ ਲਈ ਤੁਹਾਡਾ ਹੀ ਬੜਾ ਸਹਿਯੋਗ ਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਬੜੀ ਸਾਡੀ ਜਿਹੜਾ ਸੰਘਰਸ਼ ਦੀ ਆਵਾਜ਼ ਪਹੁੰਚੀ ਆ ਅੱਜ ਦੀ ਹਾਊਸ ਦੀ ਮੀਟਿੰਗ ਹੋ ਕੇ ਛੱਡੀ ਆ ਕਾਫੀ ਮੁੱਦਿਆਂ ਦੇ ਤੇ ਕਾਫੀ ਏਜੰਡਿਆਂ ਦੇ ਉੱਤੇ ਵਿਚਾਰ ਵਿਵਾਦ ਹੋਇਆ ਜਿੱਦੋਂ ਅਹਿਮ ਸੀਗਾ 11 ਤੋਂ 12 ਕਰੋੜ 12-13 ਕਰੋੜ ਰੁਪਏ ਦਾ ਅੱਜ ਇੱਕ ਜਿਹੜਾ ਕਿਲਾ ਬਰੂਨ ਔਰ ਬਜਵਾੜੇ ਦਾ ਸੀਵਰੇਜ ਜਿਹੜਾ ਇਹਨਾਂ ਨੇ ਨਾਲ ਟ੍ਰੀਟਮੈਂਟ ਜਿਹੜਾ ਆਪਣਾ ਪਲਾਂਟ ਹੈਗਾ ਆ ਪੇਪਲਾਂ ਵਾਲਾ ਉਹਦੇ ਨਾਲ ਜੋੜਨ ਦਾ ਜਿਹਦੇ ਵਿੱਚ ਸਾਨੂੰ ਦੇਖੋ ਮੈਂ ਹਾਊਸ 'ਚ ਵੀ ਇਹੀ ਕਿਹਾ ਪਿੰਡਾਂ ਦਾ ਵੀ ਡਵੈਲਪਮੈਂਟ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਸ਼ਹਿਰ ਦੇ ਨਾਲ ਨਾਲ ਪਰ ਉਹਦਾ ਜਿਹੜਾ ਸੀਵਰੇਜ ਆ ਜਿਹੜਾ ਤੁਸੀਂ ਸ਼ਹਿਰ ਦੇ ਵਿੱਚੋਂ ਦੀ ਲਿਆਏ ਬਾਹਰੋਂ ਕਿਦੇ ਬਾਈਪਾਸ ਵਾਲ ਦੀ ਲਿਆਇ ਜਾਵੇ ਤਾਂ ਉਹਦੇ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਨਹੀਂ ਤਾਂ ਅਜੇ ਸ਼ਹਿਰ ਦਾ ਤਾਂ ਹਾਲ ਵੈਸੇ ਹੀ ਬਹੁਤ ਬੁਰਾ ਆ ਦੂਸਰੀ ਗੱਲ ਇਹਨਾਂ ਨੇ ਗੱਲ ਕੀਤੀ ਅੱਜ ਮੰਤਰੀ ਜੀ ਨੇ ਹਾਊਸ ਦੇ ਵਿੱਚ ਵੀ ਸ਼ਹਿਰ ਨੂੰ ਬਾਡਾਂ ਨੂੰ ਜਿਹੜਾ ਆ ਪਿੰਡਾਂ ਤੋਂ ਪਿੰਡਾਂ ਨੂੰ ਵੀ ਬਾਡਾਂ ਦੇ ਵਿੱਚ ਦਾਇਰਾ ਬਣਾਉਣ ਨੂੰ ਏਰੀਆ ਵਧਾਉਣ ਨੂੰ ਚਲੋ ਵਧਾਓ ਪਰ ਸ਼ਹਿਰ ਨੂੰ ਅੱਜ ਤੱਕ ਤੁਸੀਂ ਵੀ 5 ਸਾਲ ਹੋਰ ਹਜੇ ਤਿੰਨ ਦੋ ਸਾਲ ਹੋਏ ਆ ਤਿੰਨ ਸਾਲ ਪਏ ਆ ਪਹਿਲਾਂ ਸ਼ਹਿਰ ਨੂੰ ਸਵਾਰ ਲਈਏ ਇੱਥੇ ਜਿਹੜੀਆਂ ਕਾਜ਼ੀ ਸਰਬ ਉਹੀ ਸਵਾਲ ਆ ਮੇਰੇ ਤੋਂ ਕੁਝ ਸਮਾਂ ਪਹਿਲਾਂ ਇੱਕ ਸਟੂਡੀਓ ਪ੍ਰੋਗਰਾਮ ਵੀ ਕੀਤਾ ਗਿਆ ਸੀ ਇਸ ਵਿਸ਼ੇ ਨੂੰ ਲੈ ਕੇ ਕਿ ਮੇਅਰ ਸਾਹਿਬ ਜਿਹੜੇ ਮੰਤਰੀ ਦੇ ਨਾਲ ਗੱਡੀ 'ਚ ਵਹਿੰਦੇ ਨੇ ਉਹ ਪਿੰਡਾਂ ਦੇ ਵਿੱਚ ਤੁਰੇ ਉਹ ਅਧ்கਾਟ ਕਰਨੇ ਸ਼ਹਿਰ ਦਾ ਰੱਬ ਆਕਾ ਨਾ ਇੱਥੇ ਇਹ ਗੰਦਗੀ ਤੋਂ ਨਿਜਾਤ ਆ ਨਾ ਆਵਾਰਾ ਪਸ਼ੂਆਂ ਤੋਂ ਉਹਨਾਂ ਜਾਨਵਰਾਂ ਜਿਹੜੇ ਕਬਜ਼ੀਆਂ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਮੈਨੂੰ ਨਹੀਂ ਲੱਗਦਾ ਕਿ ਸ਼ਹਿਰ ਦੇ ਵਿੱਚ ਨਿਜਾਜ਼ ਕਬਜ਼ਾ ਤੇ ਕਦੇ ਕੋਈ ਅਜੰਡਾ ਫਿਰਿਆ ਹੋਵੇ ਦੂਜੇ ਪਾਸੇ ਜੇਕਰ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਮੇਰ ਸਾਹਿਬ ਪਿੰਡਾਂ ਵਾਲੇ ਜੋਰ ਰਾਇਆ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਮੇਰੇ ਵੱਲੋਂ ਪਹਿਲਾਂ ਹੀ ਇਹ ਕਿਹਾ ਗਿਆ ਸੀ ਕਿ ਸ਼ਹਿਰ ਆਉਣ ਵਾਲੇ ਸਮੇਂ ਦੇ ਪਿੱਛੇ ਪਿੰਡਾਂ ਜਿਹੜੇ ਉਹ ਸ਼ਹਿਰ ਦੇ ਵਿੱਚ ਦਾਖਲ ਹੋ ਸਕਦੇ ਨੇ ਜੀ ਇਹ ਜੀ ਇਹ ਫਿਲਹਾਲ ਤਾਂ ਇਹ ਰਾਜਨੀਤੀ ਹੈ ਕਿਉਂਕਿ ਆਉਣ ਵਾਲੇ ਟਾਈਮ ਸਮੇਂ ਬਹੁਤ ਜਲਦੀ ਜਿਹੜੀ ਪਿੰਡਾਂ ਦੇ ਵੀ ਇਲੈਕਸ਼ਨ ਹੋਣ ਜਾ ਰਹੇ ਆ ਉਹਦੇ ਤੋਂ ਵੀ ਵਾਹ ਵਾਹ ਲਾਈਨ ਨੂੰ ਜਿੱਦਾਂ ਕਹੇ ਇੱਥੇ ਕੀਤਾ ਇਦਾਂ ਹੀ ਉੱਥੇ ਕਰਨੇ ਪਰ ਮੈਂ ਇੱਕ ਗੱਲ ਕਮਾਂ ਪਿੰਡਾਂ ਵਾਲਿਆਂ ਨੂੰ ਦੱਸ ਦਵਾਂ ਪਹਿਲਾਂ ਸ਼ਹਿਰ ਦਾ ਹਾਲ ਦੇਖ ਲਓ ਹਾਲਾਤ ਕੀ ਸ਼ਹਿਰ ਦੇ ਸ਼ਹਿ ਸ਼ਹਿਰ ਦਾ ਹਾਲਾਤ ਬਹੁਤ ਮੜੇ ਆ ਔਰ ਸਾਡੇ ਨਾਲ ਬਿਲਕੁਲ ਪੱਖਪਾਤ ਕੀਤਾ ਜਾ ਰਿਹਾ ਇੱਕ ਪਾਸੇ ਕਹਿੰਦੇ ਆਪਾਂ ਸਰਬਸਮਤੀ ਰਲ ਕੇ ਜਿਹੜਾ ਇਹ ਸ਼ਹਿਰ ਦਾ ਵਿਕਾਸ ਕਰਾਣਾ ਪਰ ਇੱਥੇ ਅੱਜ ਹੁਣ ਜਿਹੜਾ ਇੱਕ 11 ਕਰੋੜ ਰੁਪਇਆ ਇਹਨਾਂ ਨੇ ਕਿ ਪਾਇਆ ਜਿਹੜਾ ਬਾਦਸ਼ਾਹ ਦੇ ਨਾਲ ਸਾਡਾ ਇਹ ਟੇਬਲ ਆਈਟਮ ਦੇ ਵਿੱਚ ਬਾਦਸ਼ਾਹ ਨੂੰ ਨੁਕਸਾਨ ਹੋਇਆ ਉਹਦੇ ਲਈ ਸਾਨੂੰ ਪਤਾ ਹੈ ਸਾਨੂੰ ਇਹ ਜਿਹੜਾ 11 ਕਰੋੜ ਰੁਪਈਆ ਆ ਜਾਂ ਤਾਂ 50 ਵਾਡਾਂ ਦੇ ਵਿੱਚ ਬਰਾਬਰ ਇਕੁਅਲ ਸਾਰਿਆਂ ਨੂੰ ਦਿੱਤਾ ਜਾਵੇ ਨਹੀਂ ਤਾਂ ਆਪਣੇ ਚਾਹੇਤਿਆਂ ਨੂੰ ਹੀ ਦੇਣਾ ਸਿਰਫ ਇਲੈਕਸ਼ਨ ਦੇਖਣੇ ਤੇ ਦੋ ਤਿੰਨਾਂ ਵਾਡਾਂ ਦੇ ਉਹਨਾਂ ਦੇ ਨੂੰ ਦੇਣਾ ਆ ਤਾਂ ਇਹ ਤਾਂ ਸਾਡੀ ਰਾਜਨੀਤੀ ਕਰ ਇਹ ਤਾਂ ਬਹੁਤ ਗੰਦੀ ਰਾਜਨੀਤੀ ਹੈ ਮਹਿਜ਼ 11 ਕਰੋੜ ਰੁਪਈਆ ਤਿੰਨ ਵਾਡਾਂ ਦੇ ਵਿੱਚ ਵੰਡਿਆ ਗਿਆ ਜੀ ਹਜੇ 3 ਕਰੋੜ ਇਹਨਾਂ ਨੇ ਦੇਖੋ ਜਿਹੜਾ ਤਿੰਨ ਵਾਡਾਂ ਦੇ ਵਿੱਚ ਕਰੋੜਾ ਰੁਪਈਆ ਤਾਂ ਪਹਿਲਾਂ ਹੀ ਵੰਡ ਹੋ ਚੁੱਕਾ ਹੈ ਤੁਹਾਨੂੰ ਵੀ ਪਤਾ ਹੈ ਕੰਮ ਤਾਂ ਬੜੇ ਜੋਰਾਂ ਨਾਲ ਚੱਲ ਰਹੇ ਆ ਇਹ 11 ਕਰੋੜ ਰੁਪਈਆ ਦੱਸਿਆ ਗਿਆ ਇਹ ਆ ਵੀ ਇਹਦਾ ਵਾਸਤੇ ਆ ਜਿੱਦਾਂ ਸ਼ਹਿਰ ਦੇ ਵਿੱਚ ਬਹੁਤ ਸੜਕਾਂ ਦਾ ਨੁ ਸਿਵਰੇਜ ਵੀ ਕਈ ਜਗ੍ਹਾ ਪਾਈਪਾਂ ਪਾਈਪਲਾਈਨ ਜਿਹੜੀਆਂ ਬਹਿ ਗਈਆਂ ਉਹਦਾ ਕੰਮਾ ਕਰਕੇ ਉਹਦੇ ਲਈ ਸਾਨੂੰ ਪਤਾ ਸੀ ਜਿੰਨੀਆਂ ਮਰਜ਼ੀ ਐਪਲੀਕੇਸ਼ਨਾਂ ਦਾ ਦਿੱਈ ਜਾਈਏ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੈਸ਼ਨ ਕਾਂਗਰਸੀ ਕਾਉਂਸਲਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਹਾਂਜੀ ਪਾਲ ਸਾਹਿਬ ਕੁਝ ਕਹਿਣਾ ਚਾਹੁੰਦੇ ਰਹੇ ਹਾਂਜੀ ਹਾਂਜੀ ਚੇਤਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਚੈਨਲ 'ਤੇ ਅੱਜ ਦੀ ਜਿਹੜੀ ਜੋ ਵੀ ਮੀਟਿੰਗ ਦੀ ਗੱਲਬਾਤ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਤੇ ਮੰਤਰੀ ਸਾਹਿਬ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ ਐਮਸੀਐਨ ਨੂੰ ਸਿਰਫ ਇੱਕ ਦੋ ਐਮਸੀਐਨ ਮੌਕਾ ਦਿੱਤਾ ਉਸ ਤੋਂ ਬਾਅਦ ਮੰਤਰੀ ਸਾਹਿਬ ਜਿੱਦਾਂ ਰੁਟੀਨ ਦੀ ਤਰ੍ਹਾਂ ਮਤਲਬ ਸੋਚ ਕੇ ਆਉਂਦੇ ਹੁੰਦੇ ਆ ਵੀ ਮੈਂ ਅੱਜ ਹੀ ਚੰਡੀਗੜ੍ਹ ਮੀਟਿੰਗ ਤੇ ਜਾ ਰਿਹਾ ਜੀ ਅਸੀਂ ਤਾਂ ਉਹਨਾਂ ਨੂੰ ਰੋਕ ਥੋੜ੍ਹ ਸਕਦੇ ਉੱਥੇ ਚਲੋ ਮਨ ਸਟੇਟ ਲੈਵਲ ਦੇ ਮੰਤਰੀ ਆ ਪਰ ਦੇਖੋ ਜੇ ਤੁਸੀਂ ਮੇਰੇ ਆਏ ਆ ਤੇ ਸਾਡੀਆਂ ਸਮੱਸਿਆਵਾਂ ਦਾ ਸੁਣੋ ਨਾ ਐਮਸੀ ਗੱਲ ਨਹੀਂ ਸੁਣੇਗੀ ਐਮਸੀਾਂ ਬਿਲਕੁਲ ਨਹੀਂ ਸੁਣੀਗੇ ਸਾਪਣਿਆਂ ਦੀ ਵੀ ਨਹੀਂ ਸੁਣੀ ਝਾੜੂ ਵਾਲਿਆਂ ਦੀ ਵੀ ਕਿਸੇ ਦੀ ਵੀ ਨਹੀਂ ਸੁਣੀ ਕਿਸੇ ਦੀ ਨਹੀਂ ਸੁਣੀ ਗਏ ਸਾਰ ਕਿਸੇ ਦੀ ਨਹੀਂ ਸੁਣੀ ਗਏ ਸਿਰਫ ਦੋ ਤਿੰਨ ਤੋਂ ਇਲਾਵਾ ਕੁਝ ਨਹੀਂ ਸੁਣੀ ਗਏ ਸਾਰ ਦੇਖੋ 28 ਨੰਬਰ ਵਾਰਡ ਦੇ ਵਿੱਚ ਤੁਸੀਂ ਅੱਜ ਵੀ ਜਾ ਕੇ ਦੇਖੋ ਮੇਰੇ ਪੜੋਸ ਦੇ ਵਿੱਚ ਸੀਵਰੇਜ ਵਗਦਿਆਂ ਨੂੰ ਦੋ ਤਿੰਨ ਦੋ ਤਿੰਨ ਮਹੀਨੇ ਹੋ ਗਏ ਆ ਔਰ ਬែក ਵੱਜ ਰਹੀ ਆ ਮੇਰੇ ਘਰ ਦੇ ਨਾਲ ਬਿਲਕੁਲ ਵਗ ਰਹੀ ਆ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਲਾਈਟਾਂ ਦੀ ਜਿਵੇਂ ਮੈਂ ਗੱਲ ਕਰਦਾ ਤੇ ਲਾਈਟਾਂ 4 ਮਹੀਨਿਆਂ ਤੋਂ ਬੰਦ ਪਈਆਂ ਕੋਈ ਜੇ ਮੈਂ ਇੱਥੇ ਫੋਨ ਤੇ ਵੀ ਗੱਲ ਕਰਦਾ ਕੰਟੈਕਟ ਕਰਦੇ ਆਪਾਂ ਮਿਲਦੇ ਆ ਕਹਿੰਦੇ ਜੀ ਸਾਡੇ ਕੋਲ ਜੀ ਕੰਪਨੀ ਨਾਲ ਅਜੇ ਜੀ ਸਮਾਨ ਹੈ ਨਹੀਂਗਾ ਜੀ ਮਤਲਬ ਅਸੀਂ ਜਵਾਬ ਦੇ ਪਬਲਿਕ ਨੂੰ ਅਸੀਂ ਆ ਕਿ ਇਹ ਆ ਮਤਲਬ ਇਹ ਸਾਨੂੰ ਦੱਸਿਆ ਜਾਵੇ ਸਰ ਦੂਜੀ ਗੱਲ ਆ ਵੀ ਸਾਡੇ ਕੋ ਕਿਹੜੀਆਂ ਪਾਵਰਾਂ ਇਹਨਾਂ ਨੇ ਦਿੱਤੀਆਂ ਆ ਇੱਕ ਬੱਲਬ ਤੱਕ ਦੀ ਪਾਵਰ ਨਹੀਂ ਸਾਡੇ ਕੋ ਦਿੱਤੀ ਇਹਨਾਂ ਨੇ ਬੱਲਬ ਨਹੀਂ ਸਾਨੂੰ ਬੱਲਬ ਦੀ ਮਤਲਬ ਲੋਕਾਂ ਅੱਗੇ ਸਾਨੂੰ ਘਰਾਂ ਦੇ ਵਿੱਚ ਇੰਨੀ ਇਨਸਲਟ ਕਰ ਰਹੇ ਆ ਅਸੀਂ ਐਮਸੀ ਤੋਂੜੋ ਜੇ ਕਿਤੇ ਰਿਪੇਅਰ ਦਾ ਕੰਮ ਦਿੱਤਾ ਗਿਆ ਠੇਕੇਦਾਰ ਨੂੰ ਤਾਂ ਉਹਦੇ ਜਿਹੜੇ ਮੁੰਚੀ ਆ ਉਹ ਸਾਡੇ ਨਾਲ ਇੰਨਾ ਬਦਤਮੀਜ਼ੀ ਨਾਲ ਗੱਲ ਕਰ ਰਹੇ ਆ ਕਿ ਸਾਡੇ ਨਾਲ ਗੱਲ ਕਰਨ ਦੀ ਹਿੰਤ ਤੱਕ ਨਹੀਂ ਹੈ ਸਰ ਸਿੱਧੂ ਸਾਹਿਬ ਜਦੋਂ ਸੁੰਦਰ ਸ਼ਾਮ ਅਰੋੜਾ ਮੰਤਰੀ ਸਾਨੂੰ ਤੋਂ ਕਿਹਾ ਜਾਂਦਾ ਹੈ ਕਿ ਕਾਂਗਰਸ ਇੱਕ ਕੌਂਸਲ ਆਉਣ ਲੈ ਕੇ ਤੁਹਾਨੂੰ ਸਾਰਿਆਂ ਨੂੰ ਲੈ ਕੇ ਕਿ ਜੇਕਰ ਗੜੀ ਦਾ ਬੱਲਾ ਵੀ ਬਦਲੋਣਾ ਆਖੇ ਜੀ ਕੋਠੀ ਤੋਂ ਫੋਨ ਕਰਵਾ ਦੇ ਉਹੀ ਹੁਣ ਪਾਲ ਸਾਹਿਬ ਦੁਹਾਈਆਂ ਦੇ ਰਹੇ ਨੇ ਰੋਣਾ ਰੋ ਰਹੇ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਆਭਾਰੀ ਆ ਧੰਨਵਾਦ ਕਰਦਾ ਕਿ ਜਿਹੜੇ ਸ਼ਹਿਰ ਦੇ ਜ਼ਰੂਰੀ ਮੁੱਦੇ ਆ ਸਮਾਜਿਕ ਮੁੱਦੇ ਹੋਣ ਜਾਂ ਸੋਸ਼ਲ ਮੁੱਦੇ ਹੋਣ ਉਹਨਾਂ ਨੂੰ ਬੜੇ ਬਖੂਬੀ ਦੇ ਨਾਲ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਆ ਦੂਸਰੀ ਗੱਲ ਰਹੀ ਕਾਂਗਰਸ ਸਰਕਾਰ ਦੀ ਕਾਂਗਰਸ ਸਰਕਾਰ ਦੇ ਵਿੱਚ ਜੋ ਡਵੈਲਪਮੈਂਟ ਹੋਈ ਚਾਹੇ ਉਹ ਸੁੰਦਰ ਸ਼ਾਮ ਅਰੋੜਾ ਨੇ ਕੀਤੀ ਜਾਂ ਉਹਨਾਂ ਤੋਂ ਪਹਿਲਾਂ ਮੰਤਰੀ ਜਿਹੜੇ ਸੀਗੇ ਉਹਨਾਂ ਨੇ ਕੀਤੀ ਡਵੈਲਪਮੈਂਟ ਕਰਦੇ ਸੀ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾਂਦਾ ਸੀ ਭੇਦ ਭਾਵ ਨਹੀਂ ਕੀਤਾ ਜਾਂਦਾ ਸੀ ਲੋਕਾਂ ਨੇ 92 ਸੀਟਾਂ ਇਹਨਾਂ ਨੂੰ ਜਿੱਤ ਕੇ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਇਹਨਾਂ ਦੇ ਉੱਤੇ ਵਿਸ਼ਵਾਸ ਜਤਾਇਆ ਲੇਕਿਨ ਉਸ ਵਿਸ਼ਵਾਸ ਦਾ ਅਸਰ ਕੀ ਹੋਇਆ ਤੁਸੀਂ ਕਿਤੇ ਚੇਤਨਜੀ ਟਾਈਮ ਕੱਢ ਕੇ ਮੇਰਾ ਆਊਟਰ ਵਾਰਡ ਹੈ 50 ਨੰਬਰ ਬਾਹਰ ਕਿਤੇ ਮੇਰੇ ਵਾਰਡ ਦੇ ਵਿੱਚ ਆ ਕੇ ਤਾਂ ਦੇਖਿਓ ਲੋਕ ਨਰਕ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਨੇ ਜਿੱਥੇ ਆਪਾਂ ਬਾਡ ਨੰਬਰ 50 ਦੇ ਵਿੱਚ ਹਰਗੋਬਿੰਦ ਨਗਰ ਦੀ ਗੱਲ ਕਰੀਏ ਮੰਤਰੀ ਸਾਹਿਬ ਨੇ ਜਾ ਜਾ ਕੇ ਉੱਥੇ ਮੀਟਿੰਗਾਂ ਕੀਤੀਆਂ ਮੈਨੂੰ ਵੋਟ ਪਾਓ ਸਿੱਧੂ ਸਿੱਧੂ ਸਾਹਿਬ ਤੁਸੀਂ ਕਹਿੰਦੇ ਕਿ ਲੋਕ ਹੈ ਜਿਹੜਾ ਨਰਕ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਨੇ ਲੋਕਾਂ ਦੇ ਦਿਮਾਗ ਵਿੱਚ ਇਹ ਹੋਊਗਾ ਕਿ ਯਾਰ ਅਸੀਂ ਤਾਂ ਐਮਸੀ ਪਤਾ ਨਹੀਂ ਕਿੱਦਾਂ ਦਾ ਚੁਣ ਲਿਆ ਮਾਫੀ ਚਾਹੁੰਦਾ ਉਹ ਕਹਿਣ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਹੋਗਾ ਇਹ ਨਕਮਾ ਐਮਸੀ ਚੁਣ ਲਿਆ ਯਾਰ ਪਰ ਅਸਲ ਸਚਾਈ ਕੀ ਹੈ ਮੈਂ ਕਹਿੰਦਾ ਜੇ ਕੈਮਰਾ ਹੈਗਾ ਸਮਾਂ ਵੀ ਹੈਗਾ ਤੁਸੀਂ ਲੋਕਾਂ ਨੂੰ ਦੱਸ ਦਿਓ ਚੇਤਨ ਜੀ ਮੈਂ ਉਸੇ ਅਸਲ ਜਿਹੜੀ ਅਸਲੀਅਤ ਦੇ ਉੱਪਰ ਆਉਣਾ ਕਿ ਸਿੱਧਾ ਔਰ ਸਿੱਧਾ ਹਰ ਚੀਜ਼ ਦਾ ਚਾਹੇ ਉਹ ਡਿਵੈਲਪਮੈਂਟ ਦਾ ਹੋਵੇ ਚਾਹੇ ਗਲੀ ਦਾ ਹੋਵੇ ਚਾਹੇ ਨਾਲੀ ਦਾ ਹੋਵੇ ਚਾਹੇ ਸਟਰੀਟ ਲਾਈਟਨ ਦਾ ਹੋਵੇ ਭਾਰ ਜਿਹੜਾ ਘੁੰਮ ਕਮਾ ਕੇ ਕਾਉਂਸਲਰ ਦੇ ਉੱਪਰ ਪਾਇਆ ਜਾਂਦਾ ਸ਼ਹਿਰ ਦੇ ਵਿੱਚ ਇੱਕੋ ਇੱਕ ਕਾਉਂਸਲਰ ਹੋਏਗਾ ਗੁਰਮੀਤ ਸਿੱਧੂ ਬਾੜ ਨੰਬਰ 50 ਤੋਂ ਜਿਹਦਾ ਕੀ ਮੇਰ ਸਾਹਿਬ ਫੋਨ ਚੱਕਣਾ ਵੀ ਮناسب ਨਹੀਂ ਸਮਝਦੇ ਵਜਾ 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 ਕਰਨ ਕੀ ਹੈ ਅਸੀਂ ਲੋਕਾਂ ਦੇ ਮੁੱਦੇ ਠਾਉਂਦੇ ਆ ਗੜਕ ਕੇ ਬੋਲਦੇ ਹੈਗੇ ਆ ਔਰ ਇਹਨਾਂ ਦੀ ਕਾਰਜ ਸ਼ੈਲੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਆ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਮੰਤਰੀ ਸਾਹਿਬ ਦੱਸਦੇ ਆ ਕਿ ਬੰਜਰ ਬਾਗ ਤੋਂ ਲੈ ਕੇ ਚੋਹਾਲ ਤੱਕ 8 ਸਾਲ ਕੰਮ ਨਹੀਂ ਹੋਇਆ ਕੀ ਇਹ ਪਿਛਲੀਆਂ ਸਰਕਾਰਾਂ ਦੇ ਵਿੱਚ ਮੌਜੂਦ ਨਹੀਂ ਸੀਗੇ ਉਦੋਂ ਤੋਂ ਲੈ ਅੱਜ ਤੋਂ ਲੈ ਕੇ ਉਦੋਂ ਤੱਕ ਇਹਨਾਂ ਦੀ ਕੋਈ ਇੱਕ ਟਿਕਾ ਟਿੱਪਣੀ ਅਖਬਾਰ ਦੇ ਵਿੱਚ ਜਾਂ ਪ੍ਰੈਸ ਦੇ ਵਿੱਚ ਦੇਖ ਲਓ ਕਿ ਉਸ ਰੋਡ ਦੇ ਸਬੰਧ ਵਿੱਚ ਇਹਨਾਂ ਨੇ ਕੀਤੀ ਹੋਵੇ ਅੱਜ ਇਹਨਾਂ ਦੇ ਹੱਥ ਪਾਵਰ ਆ ਗਈ ਜਿਲ੍ਹਾ ਪਾਵਰ ਆ ਜਾਂਦੀਆਂ ਸਰਕਾਰਾਂ ਕੰਮ ਕਰਦੀਆਂ ਕੋਈ ਮੰਤਰੀ ਸਾਹਿਬ ਨੇ ਤਾਂ ਉਹਨਾਂ ਰੋਡ ਤੇ ਵੀ ਕੋਈ ਪਿੰਡ ਉੱਤੇ ਝੋਨਾ ਲਾਇਆ ਸੀ ਹਾਲਾਤ ਅੱਜ ਵੀ ਉੱਥੇ ਉਦਾਂ ਦੇ ਹੀ ਹੈ ਜੀ ਬਿਲਕੁਲ ਚਾਹੇ ਪਿੰਡਾਂ ਦੀ ਗੱਲ ਕਰੀਏ ਚਾਹੇ ਸ਼ਹਿਰ ਦੀ ਗੱਲ ਕਰੀਏ ਚਾਹੇ ਵਾਡਾਂ ਦੀ ਗੱਲ ਕਰੀਏ ਚਾਹੇ ਕਿਸੇ ਵੀ ਮੁੱਦੇ ਦੇ ਉੱਤੇ ਗੱਲ ਕਰੀਏ ਇਹ ਬਿਲਕੁਲ ਨਕਮੀ ਸਰਕਾਰ ਹੈ ਲੋਕਾਂ ਨੂੰ ਇਹਨਾਂ ਨੇ ਸ਼ਗੂਫੇ ਦਿਖਾ ਕੇ 92 ਸੀਟਾਂ ਜਿਤਾ ਲਈਆਂ ਲੇਕਿਨ ਲੋਕ ਆਪਣੇ ਆਪ ਨੂੰ ਮੱਥੇ ਤੇ ਹੱਥ ਮਾਰ-ਮਾਰ ਕੇ ਮਤਲਬ ਰੋਂਦੇ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਹੈ ਇਹਨਾਂ ਨੇ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ ਔਰ ਮੈਂ ਤੁਹਾਨੂੰ ਚੇਤਨ ਜੀ ਇੱਥੇ ਦੱਸਣਾ ਚਾਹੁੰਦਾ ਕਿ ਅੱਜ ਦੀ ਸਾਡੀ ਮੀਟਿੰਗ ਜਿਹੜੀ ਸੀ ਮੇਨ ਮੁੱਦਾ ਸਾਡਾ ਇਹ ਸੀ ਕਿ ਸਾਡੇ ਸਮਰਥਨ ਦੇ ਨਾਲ ਜਿਹੜੇ ਮੇਰ ਸਾਹਿਬ ਬਣੇ ਸੀ ਜਿਹੜੇ ਆਪਣੇ ਆਪ ਨੂੰ ਇਸ ਕਫਨ ਦੇ ਵਿੱਚ ਹੀ ਸਾਡਾ ਸਰੀਰ ਜਾਣਾ ਚਾਹੀਦਾ ਹੈ ਅੱਜ ਉਹਨਾਂ ਦੀ ਇਨਸਾਨੀਅਤ ਕਿੱਥੇ ਚਲੀ ਗਈ ਜਿਹੜੇ ਕਹਿੰਦੇ ਸੀ ਕਿ ਕਾਂਗਰਸੀ ਕਫਨ ਦੇ ਵਿੱਚ ਸਾਡਾ ਸਰੀਰ ਵੀ ਜਾਣਾ ਚਾਹੀਦਾ ਉਹ ਸਾਨੂੰ ਛੱਡ ਗਏ ਧੋਖਾ ਦੇ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਅਸੀਂ ਉਹਨਾਂ ਤੋਂ ਅੱਜ ਆਪਣਾ ਸਮਰਥਨ ਵਾਪਸ ਲਿਆ ਔਰ ਡੀਸੀ ਸਾਹਿਬ ਨੂੰ ਇਹ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕਰਦੇ ਆਂ ਕਿ ਅਗਰ ਸਾਡੀ ਇਸ ਮੰਗ ਨੂੰ ਦਰਕਨਾਰ ਕੀਤਾ ਗਿਆ ਤਾਂ ਬੜੇ ਵੱਡੇ ਪੱਧਰ ਤੇਸੀਂ ਸੰਘਰਸ਼ ਕਰਾਂਗੇ ਔਰ ਸਾਡੀ ਇੱਕੋ ਹੀ ਡਿਮਾਂਡ ਹੈਗੀ ਕਿ ਇਹਦੇ ਉੱਪਰ ਫਲੋਰ ਟੈਸਟ ਕਰਵਾਇਆ ਜਾਵੇ ਸਮਾਂ ਕਿੰਨਾ ਕੁ ਦਿੱਤਾ ਗਿਆ ਫਲੋਰ ਟੈਸਟ ਨੂੰ ਜੀ ਦੇਖੋ ਮੈਡਮ ਨੇ ਅਜੇ ਤੱਕ ਸਾਨੂੰ ਕੋਈ ਸਮਾਂ ਨਹੀਂ ਦਿੱਤਾ ਅਸੀਂ ਘੱਟੋ ਘੱਟ ਇੱਕ ਹਫ਼ਤਾ ਤਾਂ ਵੇਟ ਕਰਾਂਗੇ ਨਾ ਜੀ ਇੱਕ ਹਫਤਾ ਵੇਟ ਤੋਂ ਬਾਅਦ ਅਗਰ ਸਾਨੂੰ ਕੋਈ ਰਿਸਪਾਂਸ ਨਹੀਂ ਆਇਆ ਤਾਂ ਕਮਿਸ਼ਨਰ ਮੈਡਮ ਦੇ ਦਫ਼ਤਰ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜੋ ਵੀ ਅਗਲੀ ਰਣਨੀਤੀ ਤਿਆਰ ਕੀਤੀ ਜਾਊਗੀ ਉਹ ਸਾਰੇ ਕੌਂਸਲਰਾਂ ਦੇ ਸਹਿਯੋਗ ਨਾਲ ਇਕੱਠੇ ਹੋ ਕੇ ਰਣਨੀਤੀ ਤਿਆਰ ਕੀਤੀ ਜਾਊਗੀ ਧੰਨਵਾਦ ਸੋ ਬਹੁਤ ਬਹੁਤ ਧੰਨਵਾਦੀ ਸੋ ਐਸਨ ਕਾਂਗਰਸੀ ਕੌਂਸਲਰ ਜਿਨ੍ਹਾਂ ਤੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਹਰ ਇੱਕ ਕੌਂਸਲਰ ਵੱਲੋਂ ਆਪਣਾ ਜਿਹੜਾ ਦੁੱਖੜਾ ਹੈ ਉਹ ਰੋਇਆ ਗਿਆ ਔਰ ਸਿੱਧੇ ਤੌਰ ਤੇ ਇਲਜ਼ਾਮ ਲਗਾ ਗਿਆ ਗਏ ਨੇ ਕਿ ਹੁਸ਼ਾਰਪੁਰ ਤੋਂ ਜੋ ਕੈਬਨਿਟ ਮੰਤਰੀ ਰਾਮਸ਼ੰਕਰ ਜੇਂਪਾ ਨੇ ਉਹਨਾਂ ਵੱਲੋਂ ਕਾਂਗਰਸੀ ਕੌਂਸਲਰ ਦੇ ਕਿ ਫਲੋਰ ਟੈਸਟ ਦਾ ਜਿਹੜਾ ਸਾਮਾ ਦਿੱਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਆਪਣਾ ਬਹੁਮਤ ਸਾਬਤ ਕਰੇ ਨਹੀਂ ਤਾਂ ਕਾਂਗਰਸ ਵੱਲੋਂ ਆਪਣਾ ਅੱਜ ਜੋ ਐਲਾਨ ਕੀਤਾ ਗਿਆ ਆਪਣਾ ਸਮਰਥਨ ਵਾਪਸ ਲੈਣ ਦਾ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਅਰ ਸਾਹਿਬ ਦੀ ਛੁੱਟੀ ਵੀ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੇ ਹੋ ਵਿਚਾਰਪਰ ਨਿਊਜ਼ ਦੇ ਨਾਲ ਵੀ ਆਰ ਅ ਮਲਟੀ ਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਮ ਕੰਪਟੇਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ